ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਜੋ ਇੰਗੇਜਮੈਂਟ ਵਿਦ ਕਮਿਊਨਿਟੀ ਫਾਈਲ ਹੈ ਅਸੀਂ ਉਹਦੇ ਬਾਰੇ ਡਿਸਕਸ ਕਰਾਂਗੇ ਇਹ ਇੰਗਲਿਸ਼ ਮੀਡੀਅਮ ਵਾਲੇ ਜਿਹੜੇ ਸਟੂਡੈਂਟਸ ਨੂੰ ਡਿਮਾਂਡ ਕਰ ਰਹੇ ਸੀ ਉਹਨਾਂ ਦੇ ਲਈ ਇਹ ਵੀਡੀਓ ਹੈ ਤੁਸੀਂ ਆਪਣਾ ਜਿਹੜਾ ਕਾਲਜ ਦਾ ਨਾਮ ਸਬਜੈਕਟ ਲਿਖੋਗੇ ਫਿਰ ਆਪਣਾ ਨਾਮ ਤੇ ਆਪਣਾ ਜਿਹੜਾ ਯੂਨੀਵਰਸਿਟੀ ਰੋਲ ਨੰਬਰ ਹੈ ਇਹ ਤੁਹਾਡਾ ਫਰੰਟ ਪੇਜ ਹੋ ਜਾਏਗਾ ਨੈਕਸਟ ਪੇਜ ਤੇ ਰਾਈਟ ਸਾਈਡ ਹੀ ਤੁਸੀਂ ਆਪਣਾ ਜਿਹੜਾ ਇੰਡੈਕਸ ਬਣਾਉਣਾ ਹੈ ਸੀਰੀਅਲ ਨੰਬਰ ਟਾਪਿਕ ਪੇਜ ਨੰਬਰ ਸਿਗਨੇਚਰ ਤੁਸੀਂ ਚਾਰ ਕਾਲਮ ਬਣਾਉਣੀਆਂ ਤੇ ਇਹਦੇ ਵਿੱਚ मीनिंग ਆਫ ਕਮਿਊਨਿਟੀ ਕੈਰੈਕਟਿਸਟਿਕਸ ਆਫ ਕਮਿਊਨਿਟੀ ਇੰਪੋਰਟੈਂਸ ਆਫ ਕਮਿਊਨਿਟੀ ਇੰਗੇਜਮੈਂਟ ਟਾਈਪਸ ਆਫ ਕਮਿਊਨਿਟੀ ਇੰਗੇਜਮੈਂਟ ਐਂਡ ਸਕੋਪ ਆਫ ਕਮਿਊਨਿਟੀ ਇੰਗੇਜਮੈਂਟ ਜਿੰਨੇ ਜਿੰਨੇ ਪੇਜ ਤੇ ਆ ਰਹੇ ਤੁਸੀਂ ਉਹਦੇ ਅਕੋਰਡਿੰਗ ਲਿਖਦੇ ਜਾਓਗੇ ਫਿਰ ਤੁਸੀਂ ਜਿਹੜੀਆਂ ਐਕਟੀਵਿਟੀਆਂ ਨੇ ਉਹਨਾਂ ਬਾਰੇ ਲਿਖਣਾ ਹੈ ਜਿਵੇਂ ਕਿ ਤੁਹਾਨੂੰ ਸਾਰੇ ਬੱਚਿਆਂ ਨੂੰ ਪਤਾ ਹੈ ਕਿ ਇਹਦੇ ਵਿੱਚ ਤੁਸੀਂ ਦੋ ਤਰ੍ਹਾਂ ਦੀ ਜਿਹੜੀਆਂ ਐਕਟੀਵਿਟੀਆਂ ਨੇ ਉਹ ਬਣਾਉਣੀਆਂ ਫਰਸਟ ਇਹਦੇ ਵਿੱਚ ਹੈਗੀਆਂ ਕਮਿਊਨਿਟੀ ਦੇ ਰਿਲੇਟਡ ਹੁਣ ਫਰਸਟ ਉਹ ਹੀ ਐਕਟੀਵਿਟੀਆਂ ਨੇ ਅ ਵਿਜ਼ਿਟ ਟੂ ਸਲਾਮੇਂ ਇਰੀਆ ਅ ਵਿਜ਼ਿਟ ਟੂ ਪਿੰਗਲਵਾੜਾ ਗਰੋਇੰਗ ਇਨਡੋਰ ਪਲਾਂਟਸ ਸਵਚ ਭਾਰਤ ਅਭਿਆਨ ਅਵੇਅਰਨੈਸ ਅਬਾਊਟ ਓਮਿਕਰੋਨ ਸਟਾਪ ਯੂজিং ਮੋਬਾਈਲ ਫੋਨ ਵਾਈਲ ਡਰਾਈਵਿੰਗ ਅ ਵਿਜ਼ਿਟ ਟੂ 올ਡੇਸ ਹੋਮ ਫਿਰ ਸਕੂਲ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਉਹ ਲਿਖਣੀਆਂ ਇਧਰ ਤੁਸੀਂ ਜਿਹੜੇ ਪੇਜ ਨੰਬਰ ਆ ਉਹ ਨਾਲ ਨਾਲ ਜ਼ਰੂਰ ਲਿਖਦੇ ਜਾਣਾ ਸਕੂਲ ਐਕਟੀਵਿਟੀਆਂ ਨੇ ਸੇਵ ਵਾਟਰ ਸੇਵ ਲਾਈਫ ਡਾਂਸ ਐਕਟੀਵਿਟੀ ਮੈਥ ਐਕਟੀਵਿਟੀ ਜੀਕੇ ਕੁਇਜ਼ ਅਵੇਅਰਨੈਸ ਅਬਾਊਟ ਸੋਸ਼ਲ ਡਿਸਟਿੰਗ ਵਾਈ ਟ੍ਰੈਵਲਿੰਗ ਮੀਨਜ਼ ਜਿਹੜੇ ਟ੍ਰੈਵਲਿੰਗ ਦੇ ਦੌਰਾਨ ਤੁਸੀਂ ਨੇ ਅਵੇਅਰ ਕਰਨਾ ਲੋਕਾਂ ਨੂੰ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਆਪਣੇ ਜਿਹੜੇ ਵਹੀਕਲ ਨੇ ਉਹ ਸਹੀ ਢੰਗ ਨਾਲ ਚਲਾਉਣੇ ਆ ਹੁਣ ਜੋ ਤੁਸੀਂ ਫਾਈਲ ਦੇਖ ਰਹੇ ਹੋ ਇਹ ਫਾਈਲ ਦਾ ਲੈਫਟ ਸਾਈਡ ਪੇਜ ਹੈ ਜਿਹਦੇ ਉੱਪਰ ਤੁਸੀਂ ਆਪਣੇ ਜਿਹੜੇ ਫੋਟੋਗ੍ਰਾਫਸ ਵਗੈਰਾ ਨੇ ਉਹ ਪੇਸਟ ਕਰੋਗੇ ਤੇ ਨਾਲ ਨਾਲ ਜੋ ਮੈਂ ਤੁਹਾਨੂੰ ਦਿਖਾ ਰਹੀ ਐ ਇੱਥੇ ਬੱਚੇ ਨੇ ਲਿਖਿਆ types of community work research health care child welfare service habitat for humanity awareness program means ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਕੰਮ ਨੇ ਆਉਂਦੇ ਆ ਤੇ ਇਧਰੀ ਸਾਈਡ ਤੁਸੀਂ ਐਸ ਤਰੀਕੇ ਦਾ ਲਿਖ ਵੀ ਸਕਦੇ ਹੋ ਡਰਾ ਕਰ ਸਕਦੇ ਹੋ ਤੇ ਜਦੋਂ ਤੁਸੀਂ ਕੋਈ ਐਕਟੀਵਿਟੀ ਲਿਖੋਗੇ ਤਾਂ ਤੁਸੀਂ ਲੈਫਟ ਸਾਈਡ ਤੇ ਜਿਹੜੀਆਂ ਉਹਸ ਐਕਟੀਵਿਟੀ ਨਾਲ ਰਿਲੇਟਡ ਤੁਹਾਡੇ ਕੋਲ ਫੋਟੋਗ੍ਰਾਫਸ ਨੇ ਤੁਸੀਂ ਉਹਨਾਂ ਨੂੰ ਇੱਥੇ ਲਗਾਉਂਗੇ हूँ तीस ये राइट साइड वाला पेज है वह देख रहे हो इत जी मीनिंग लिखे मीनिंग एंड डेफिनेशन ऑफ कम्युनिटी देख रहे हो कम्युनिटी बेस्ड लर्निंग इज़ द ब्रॉड सैट ऑफ टीचिंग लर्निंग स्ट्रैटेजीज दैट एनेबल्स ग्रोथ एंड अडल टू लर्न वाई दे वॉन्ट टू लर्न फ्रॉम एनी segement of the community ਮੀਨਜ਼ ਇਥੇ ਤੁਸੀਂ ਲਿਖਣਾ ਹੈ ਕਿ ਜਿਹੜੀ ਕਮਿਊਨਿਟੀ ਹੈ ਉਹਦਾ ਕੀ ਅਰਥ ਹੈ ਵੈਸੇ ਜੇ ਅਸੀਂ ਬਿਲਕੁਲ ਸਿੰਪਲ ਵਰਡਸ ਦੇ ਵਿੱਚ ਕਹੀਏ ਤਾਂ ਜਿਹੜੀ ਕਮਿਊਨਿਟੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਤੇ ਇਥੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਵਾਲੇ ਹੁੰਦੇ ਆ ਤੇ ਉਹਨਾਂ ਨੂੰ ਅਸੀਂ ਨੇ ਹੈਲਪ ਕਰਨੀ ਹੁੰਦੀ ਉਹਨਾਂ ਦੀ ਤੇ ਬੱਚਿਆਂ ਨੂੰ ਤਿਆਰ ਕਰਨਾ ਹੁੰਦਾ ਇਸ ਐਕਟੀਵਿਟੀ ਫਾਈਲ ਨੂੰ ਬਣਾਉਣ ਦਾ ਮੋਟਿਵ ਵੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਕਮਿਊਨਿਟੀ ਦੇ ਨਾਲ ਅੰਗੇਜ ਕੀਤਾ ਜਾਵੇ ਜੋੜਿਆ ਜਾਵੇ ਦੈਨ ਤੁਸੀਂ ਦੇਖ ਰਹੇ ਹੋ ਡੈਫੀਨੇਸ਼ਨਸ ਡੈਫੀਨੇਸ਼ਨਸ ਹੈ ਕਮਿਊਨਿਟੀ ਦੇ ਨਾਲ ਰਿਲੇਟਡ ਨੇ ਤੇ ਦੋ ਹੀ ਡੈਫੀਨੇਸ਼ਨਸ ਲਿਖੀਆਂ ਤੁਸੀਂ ਸੇਮ ਇਹਨੂੰ ਕਾਪੀ ਕਰ ਸਕਦੇ ਹੋ ਨੈਕਸਟ ਪੇਜ ਤੇ ਜਿਹੜਾ ਫੇਰ ਹੀ ਪੇਜ ਤੁਹਾਡਾ ਰਾਈਟ ਸਾਈਡ ਵਾਲਾ ਹੈ ਫਿਰ ਇੱਕ ਡੈਫੀਨੇਸ਼ਨ ਲਿਖੀ ਹੈ ਡੈਫੀਨੇਸ਼ਨ ਤੋਂ ਬਾਅਦ ਹੈ ਕੈਰੈਕਟਿਸਟਿਕਸ ਆਫ ਕਮਿਊਨਿਟੀ ਇੰਗੇਜਮੈਂਟ ਜਿਹੜੀ ਕਮਿਊਨਿਟੀ ਇੰਗੇਜਮੈਂਟ ਹੈ ਉਹਦੀਆਂ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਵਿਸ਼ੇਸ਼ਤਾਵਾਂ ਕੈਰੈਕਟਿਸਟਿਕਸ ਫੀਚਰਸ ਕੋਈ ਵੀ ਤੁਸੀਂ ਇਹਦੇ ਲਈ ਜਿਹੜਾ ਵਰਡ ਹੈ ਯੂਜ਼ ਕਰ ਸਕਦੇ ਹੋ ਨੈਕਸਟ ਪੇਜ ਤੇ ਫਿਰ ਇਹ ਤੁਹਾਡਾ ਰਾਈਟ ਸਾਈਡ ਵਾਲਾ ਹੀ ਪੇਜ ਹੈ ਕਿਉਂਕਿ ਤੁਸੀਂ ਇੱਕ ਸਾਈਡ ਲਾਈਨਾਂ ਤੇ ਜਿਹੜਾ ਇਹਦਾ ਬੈਕ ਸਾਈਡ ਉਹ ਪੇਜ ਤੁਹਾਡਾ ਪਲੇਨ ਹੋਣਾ ਚਾਹੀਦਾ ਹੈ ਇੱਥੇ ਤੁਸੀਂ ਲਿਖਣਾ ਹੈ ਇੰਪੋਰਟੈਂਸ ਆਫ ਕਮਿਊਨਿਟੀ ਇੰਗੇਜਮੈਂਟ ਕਿ ਜਿਹੜੀ ਕਮਿਊਨਿਟੀ ਇੰਗੇਜਮੈਂਟ ਹੈ ਉਹਦਾ ਕੀ ਮਹੱਤਵ ਹੈ ਕੀ ਉਹਦੀ ਇੰਪੋਰਟੈਂਸ ਹੈ ਪਹਿਲਾਂ ਇਹਦੇ ਸਾਈਕੋਲੋਜੀਕਲ ਬੈਨੀਫਿਟਸ ਲਿਖਣੇ ਆ ਕਿ ਇਹ ਸਾਈਕੋਲੋਜੀਕਲ ਕ ਲਈ ਕਿਸ ਤਰੀਕੇ ਨਾਲ ਲਾਭਦਾਇਕ ਹੈ ਕਮਿਊਨਿਟੀ ਇੰਗੇਜਮੈਂਟ then social benefits ਸਮਾਜ ਵਿੱਚ ਰਹਿੰਦੇ ਹੋયા ਕਿਸ ਤਰੀਕੇ ਨਾਲ ਇਹ ਬੈਨੀਫੀਸ਼ੀਅਲ ਹੈ then cognitive benefit cognitive means ਗਿਆਨ ਨਾਲ ਸੰਬੰਧਿਤ ਕਿਉਂਕਿ ਨੌਲੇਜ ਵੀ ਮਿਲਦੀ ਹੈ ਇਕੱਲਾ ਅਸੀਂ ਇਹਦੇ ਵਿੱਚ ਜਿਹੜੀ سوشل ਸਰਵਿਸ ਉਹ ਹੀ ਨਹੀਂ ਕਰਦੇ ਸਗੋਂ ਇਹ ਨਾਲ ਜਿਹੜਾ ਗਿਆਨ ਹੈ ਨੌਲੇਜ ਹੈ ਉਹਦੇ ਵਿੱਚ ਵੀ ਵਾਧਾ ਹੁੰਦਾ ਹੈ ਫਿਰ ਇਹ ਰਾਈਟ ਸਾਈਡ ਵਾਲਾ ਹੀ ਪੇਜ ਹੈ नैक्सट पेज आ गया तो रा टाइप्स ऑफ कम्युनिटी एंगेजमेंट कम्युनिटी एंगेजमेंट दाइप कि ने फोर टाइप्स ने फस्ट है कम्युनिटी बिल्डिंग सैकेंड इज़ कम्युनिटी एजुकेशन ये बारे सिर्फ इन्ना इन्ना ही लिखना है नैक्सट है कम्युनिटी ऑर्गनाइजिंग नैक्सट है डेलीबरेटिव डायलाग इसी टाइप्स ऑफ कम्युनिटी एंगेजमेंट नेक्स्ट है स्कोप ऑफ कम्युनिटी एंगेजमेंट कम्युनिटी एंगेजमेंट ਦਾ ਸਕੋਪ ਕਿਹੜਾ ਮੀਨਸ ਤੁਸੀਂ ਲਿਖਣਾ ਵੀ ਕਿੰਨਾ ਕੁ ਵਿਸ਼ਾਲ ਹੈ ਇਹਦੇ ਵਿੱਚ ਕੀ ਕੁਝ ਇਨਕਲੂਡਡ ਹੈ ਕਿਉਂਕਿ ਜਿਹੜੀ ਸਾਡੀ ਸੋਸ਼ਲ ਲਾਈਫ ਆ ਉਹਦੇ ਸਾਰੇ ਹੀ ਜਿਹੜੇ ਐਸਪੈਕਟਸ ਨੇ ਉਹ ਕਮਿਊਨਿਟੀ ਐਂਗੇਜਮੈਂਟ ਦੇ ਅੰਡਰ ਆਉਂਦੇ ਨੇ ਤੇ ਇਹਦਾ ਵਾਈਡਰ ਕਨੈਕਸ਼ਨ ਵੀ ਹੈ ਇਨ ਨਾਲ रिलेटेड ਜਿਹੜੀਆਂ ਜੌਬਸ ਵਗੈਰਾ ਨੇ ਉਹ ਵੀ ਅਵੇਲੇਬਲ ਹੁੰਦੀਆਂ ਮੀਨ ਜੋ ਕਮਿਊਨਿਟੀ ਦੀ ਵੈਲਫੇਅਰ ਦੇ ਲਈ ਆਫੀਸਰ ਵਗੈਰਾ ਹੁੰਦੇ ਆ ਤੇ ਜਿਹੜਾ ਵਰਕ ਐਕਸਪੀਰੀਅੰਸ ਉਹ ਵੀ ਮਿਲਦਾ ਹੈ ਹੁਣ ਤੁਸੀਂ ਦੇਖ ਰਹੇ ਹੋ ਇਹ ਲੈਫਟ ਸਾਈਡ ਤੇ ਜਿਹੜਾ ਪੇਜ ਆ ਉੱਥੇ ਫੋਟੋਗ੍ਰਾਫਸ ਲੱਗੀਆਂ 2 ਫੋਟੋਗ੍ਰਾਫਸ ਲੱਗੀਆਂ ਤੇ ਇਧਰ ਤੁਸੀਂ ਦੇਖ ਰਹੇ ਹੋ ਜਿਹੜਾ ਰਾਈਟ ਸਾਈਡ ਹੈ ਇਧਰ ਤੁਸੀਂ ਉਸ ਐਕਟੀਵਿਟੀ ਬਾਰੇ ਲਿਖਣਾ ਹੈ ਜਿਹੜੀ ਐਕਟੀਵਿਟੀ ਦੇ ਤੁਸੀਂ ਇਧਰ ਹੀ ਸਾਈਡ ਫੋਟੋਗ੍ਰਾਫਸ ਲਗਾਈਆਂ ਮੀਨਸ ਇਹ ਜਿਹੜੀ ਐਕਟੀਵਿਟੀ ਇਹ ਹੈ ਅ ਵਿਜ਼ਿਟ ਟੂ ਸਲਾਮ ਮੀਰੀਆ ਸਲਾਮ ਮੀਰੀਆ ਨੂੰ ਵਿਜ਼ਿਟ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਐਕਸਪੀਰੀਅੰਸ ਹੋ ਕੀ ਰਿਹਾ ਤੁਸੀਂ ਉੱਥੇ ਕਿਉਂ ਗਏ ਤੁਹਾਡਾ ਕੀ ਪਰਪਸ ਸੀ ਤੁਸੀਂ ਉੱਥੇ ਕੀ ਵੇਖਿਆ ਤانوں ਕਿਦਾਂ ਦਾ ਮਹਿਸੂਸ ਹੋਇਆ ਤੁਸੀਂ ਆਪਣਾ ਜਿਹੜਾ ਕੰਪਲੀਟ ਐਕਸਪੀਰੀਅੰਸ ਆ ਉਹ ਲਿਖਣਾ ਹੈ ਤੇ ਨਾਲ ਨਾਲ ਤੁਸੀਂ ਉੱਥੇ ਕਿਹੜੀ ਐਕਟੀਵਿਟੀ ਕੀਤੀ ਜਿਵੇਂ ਕਿ ਡਿਸਟ੍ਰਿਬਿਊਟ ਫੂਡ ਫੂਡ ਡਿਸਟ੍ਰਿਬਿਊਟ ਕੀਤਾ ਤੇ ਕੁਝ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪੜਾਇਆ ਜਾਂ ਫਿਰ ਇਹ ਕਹ ਲਓ ਉਹਨਾਂ ਨੂੰ ਕੋਈ ਜਿਹੜਾ ਸਟੱਡੀ ਮਟੀਰੀਅਲ ਆ ਤੁਸੀਂ ਉਹ ਵੀ ਦੇ ਸਕਦੇ ਹੋ ਜਾ ਕੋਈ ਰੁਟੀਨ ਦੇ ਵਿੱਚ ਵਰਤੋ ਵਾਲੀਆਂ ਚੀਜ਼ਾਂ ਨੇ ਜਿਦਾਂ ਕਿ ਸਾਬਣ ਵਗੈਰਾ ਕੋਈ ਸੈਨੀਟਾਈਜ਼ਰ ਹੋ ਗਿਆ ਕੋਈ ਸ਼ੈਂਪੂ ਵਗੈਰਾ ਐਸੇ ਚੀਜ਼ਾਂ ਮੀਨ ਜਿਸ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਸਫਾਈ ਦੇ ਲਈ ਮੋਟੀਵੇਟ ਕੀਤਾ ਜਾ ਸਕੇ ਨੈਕਸਟ ਐਕਟੀਵਿਟੀ ਹੈ ਅ ਵਿਜ਼ਿਟ ਟੂ ਪਿੰਗਲਵਾੜਾ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਤੁਹਾਡੇ ਸ਼ਹਿਰ ਦੇ ਨੇੜੇ ਕੋਈ ਤੁਹਾਡੇ ਪਿੰਡ ਦੇ ਨੇੜੇ ਕੋਈ ਵੀ ਥਾਂ ਤੁਸੀਂ ਉੱਥੇ ਜਾ ਸਕਦੇ ਹੋ ਜ਼ਰੂਰੀ ਨਹੀਂ ਕਿ ਪਿੰਗਲਵਾੜਾ ਹੀ ਵਿਜ਼ਿਟ ਕਰਨਾ ਹੈ ਕੋਈ ਵੀ ਅਸ਼ਰਮ ਹੁੰਦਾ ਤੁਸੀਂ ਉੱਥੇ ਜਾ ਸਕਦੇ ਹੋ ਤਾਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਪਿੰਗਲਵਾੜਾ ਉਹਦੀ ਹਿਸਟਰੀ ਲਿਖੀ ਹੈ ਤੇ ਫਿਰ ਜਿਹੜਾ ਬੱਚਾ ਉਹਨੇ ਇੱਥੇ ਜਾ ਕੇ ਕੀ ਕੀਤਾ ਮੀਨ ਤੁਸੀਂ ਆਪਣਾ ਲਿਖਣਾ ਹੈ ਕਿ ਤੁਹਾਨੂੰ ਉੱਥੇ ਜਾ ਕੇ ਕੀ ਮਹਿਸੂਸ ਹੋਇਆ ਤੇ ਤੁਸੀਂ ਨੇ ਕੀ ਕੀਤਾ ਜੋ ਕਮਿਊਨਿਟੀ ਨਾਲ ਰਿਲੇਟਡ ਐਕਟੀਵਿਟੀਜ਼ ਨੇ ਤੁਸੀਂ ਇਹਨਾਂ ਦੇ ਵਿੱਚ ਇਹ ਚੀਜ਼ ਜਿਹੜੀ ਜ਼ਰੂਰ ਮੈਂਸ਼ਨ ਕਰਨੀ ਹੈ ਤੇ ਲੈਫਟ ਸਾਈਡ ਤੇ ਤੁਸੀਂ ਇਹਦੀਆਂ ਜਿਹੜੀਆਂ ਫੋਟੋਗ੍ਰਾਫਸ ਨੇ ਜ਼ਰੂਰ ਲਗਾਉਣੀਆਂ ਹੈ ਤਾਂ ਹੀ ਤੁਹਾਡੀ ਜਿਹੜੀ ਫਾਈਲ ਉਹ ਕੰਪਲੀਟ ਹੋਏਗੀ ਫੋਟੋ ਵੀ ਤੁਸੀਂ ਦੇਖ ਰਹੇ ਹੋ ਜੋ ਲੈਫਟ ਸਾਈਡ ਤੇ ਲੱਗੀ ਹੋਈ ਹੈ ਨੈਕਸਟ ਐਕਟੀਵਿਟੀ ਹੈ ਗਰੋਇੰਗ ਇਨਡੋਰ ਪਲਾਂਟਸ ਤੁਸੀਂ ਲਿਖਣਾ ਵੀ ਇਨਡੋਰ ਪਲਾਂਟਸ ਕੀ ਹੁੰਦੇ ਆ ਜਿਵੇਂ ਇਹ ਕੋਈ ਡੈਕੋਰੇਸ਼ਨ ਦੇ ਲਈ ਹੁੰਦੇ ਆ ਜਾਂ ਕੁਝ ਸਾਰਾ ਕੁਝ ਲਿਖਣ ਤੋਂ ਬਾਅਦ ਕਿਸ ਤਰੀਕੇ ਨਾਲ ਤੁਸੀਂ ਇਹ ਤੁਹਾਨੂੰ ਖੁਸ਼ੀ ਦਿੰਦੇ ਆ ਤੁਹ ਸਾਰਾ ਤੁਸੀਂ ਇਹਦੇ ਵਿੱਚ ਲਿਖੋਗੇ ਬੈਨੀਫਿਟਸ ਲਿਖੋਗੇ ਇੰਡੋਰ ਪਲਾਂਟਸ ਦੇ ਨੈਕਸਟ ਐਕਟੀਵਿਟੀ ਹੈ ਸਵਚ ਭਾਰਤ ਅਭਿਆਨ ਤੁਸੀਂ ਇਹਦੇ ਤਹਿਤ ਕਿਤੇ ਵੀ ਜਿਹੜੀ ਕੋਈ ਸਫਾਈ ਮੁਹਿੰਮ ਚਲਾ ਸਕਦੇ ਹੋ ਜਿਵੇਂ ਕੋਈ ਪਿੰਡ ਦੇ ਵਿੱਚ ਸਾਂਝੀ ਥਾਂ ਹੋ ਸਕਦੀ ਹੈ ਤੇ ਤੁਸੀਂ ਉਸ ਆਪਣੀ ਐਕਟੀਵਿਟੀ ਬਾਰੇ ਡਿਟੇਲ ਦੇ ਵਿੱਚ ਲਿਖੋਗੇ। ਸਵਚ ਭਾਰਤ ਅਭਿਆਨ ਕਿਉਂ ਸ਼ੁਰੂ ਕੀਤਾ ਗਿਆ? ਕਿਹਨੇ ਸ਼ੁਰੂ ਕੀਤਾ ਤੁਸੀਂ ਉਹਦੇ ਬਾਰੇ ਵੀ ਨਾਲ-ਨਾਲ ਲਿਖੋਗੇ ਆਪਣਾ। ਤੇ ਲੈਫਟ ਸਾਈਡ ਤੁਹਾਨੂੰ ਮੈਂ ਦਿਖਾ ਰਹੀ ਆ ਇਹ ਨਾਲ ਰਿਲੇਟਡ ਫੋਟੋਗ੍ਰਾਫਸ ਵੀ ਲਗਾ ਸਕਦੇ ਹੋ ਤੁਸੀਂ ਨਾਲ-ਨਾਲ ਜਿਹੜੀ ਇੱਕ ਤੁਸੀਂ ਦੇਖ ਰਹੇ ਹੋ। ਪ੍ਰੋਪਰ ਡਰਾ ਕਰਕੇ ਚਾਰਟ ਤੇ ਲਗਾਇਆ ਗਿਆ ਇਹ। ਨੈਕਸਟ ਐਕਟੀਵਿਟੀ ਹੈ ਅਵੇਅਰਨੈਸ ਅਬਾਊਟ ਓਮਿਕਰੋਨ ਉਹ ਨਾਲ ਰਿਲੇਟਡ ਤੁਸੀਂ ਪਹਿਲਾਂ ਦੱਸਣਾ ਵੀ ਜਿਹੜਾ ਓਮਿਕਰੋਨ ਵੇਰੀਐਂਟ ਕੀ ਹੈ ਤਾਂ ਤੁਸੀਂ ਜਿੱਦਾਂ ਹੁਣ ਪ੍ਰੋਬਲਮ ਚੱਲ ਰਹੀ ਹੈ ਡੇਂਗੂ ਵਗੈਰਾ ਦੀ ਤੁਸੀਂ ਇਹਦੇ ਤੇ ਵੀ ਲੈ ਸਕਦੇ ਹੋ ਲੋਕਾਂ ਨੂੰ ਅਵੇਅਰ ਕਰ ਸਕਦੇ ਹੋ ਤੇ ਫਿਰ ਕਿਹੜੀ ਐਕਟੀਵਿਟੀ ਕੀਤੀ ਜਿਵੇਂ ਕਿ ਮਾਸਕ ਵਗੈਰਾ ਡਿਸਟ੍ਰਿਬਿਊਟ ਕੀਤੇ ਸੈਨੀਟਾਈਜ਼ਰ ਦਿੱਤੇ ਜਾ ਸਕਦੇ ਨੇ ਇਸ ਐਕਟੀਵਿਟੀ ਦੇ ਅਕੋਰਡਿੰਗ ਤੁਸੀਂ ਆਪਣੀ ਜੇ ਡੇਂਗੂ ਵਾਲੀ ਐਕਟੀਵਿਟੀ ਕਰ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ ਲੋਕਾਂ ਨੂੰ ਸਿਰਫ ਅਵੇਅਰ ਕਰਨਾ ਹੈ ਜਾਂ ਤੁਸੀਂ ਕੋਈ ਜਿਹੜੇ ਪੋਸਟਰ ਬਣਾ ਕੇ ਉਹ ਵੰਡ ਸਕਦੇ ਹੋ ਉਹਨਾਂ ਨੂੰ ਡਿਸਟ੍ਰੀਬਿਊਟ ਕਰ ਸਕਦੇ ਹੋ ਤਾਂ ਜੋ ਅੱਗੇ ਹੋਰ ਲੋਕਾਂ ਤੱਕ ਵੀ ਤੁਹਾਡੇ ਜਿਹੜੇ ਪੋਸਟਰ ਨੂੰ ਪਹੁੰਚਣ ਤੇ ਜਿਹੜੀ ਅਵੇਅਰਨੈਸ ਹੋ ਫੈਲ ਸਕੇ ਇੱਧਰ ਜਿਹੜੀ ਫੋਟੋਗ੍ਰਾਫ ਆ ਲੱਗੀ ਹੋਈ ਹੈ ਤੁਸੀਂ ਦੇਖ ਰਹੇ ਹੋ ਐਕਟੀਵਿਟੀ ਤੁਹਾਡੀ ਆਪਣੀ ਹੋਏਗੀ ਤੇ ਫੋਟੋਗ੍ਰਾਫਸ ਵੀ ਤੁਹਾਡਿਆਂ ਆਪਣੇ ਅਕੋਰਡਿੰਗ ਹੋਣੀਆਂ ਇਸ ਕਰਕੇ ਤੁਸੀਂ ਜੋ ਐਕਟੀਵਿਟੀ ਕਰ ਰਹੇ ਹੋ ਉਹਦੀ ਡਿਟੇਲ ਜ਼ਰੂਰ ਤੁਸੀਂ ਨਾਲ ਦੀ ਨਾਲ ਨੋਟ ਕਰਨੀ ਹੈ ਨੈਕਸਟ ਐਕਟੀਵਿਟੀ ਹੈ ਅ ਵਿਜ਼ਿਟ ਟੂ 올ਡ এজ ਹੋਮ ਕੋਈ ਵੀ ਜਿਹੜਾ ਤੁਹਾਡੇ ਪਿੰਡ ਸ਼ਹਿਰ ਦੇ ਨੇੜੇ 올ਡ এজ ਹੋਮ ਹੁੰਦਾ ਹੈ ਤੁਸੀਂ ਉਹਨੂੰ ਵਿਜ਼ਿਟ ਕਰ ਸਕਦੇ ਹੋ ਤੇ ਇੱਥੇ ਵੀ ਤੁਸੀਂ ਆਪਣਾ ਐਕਸਪੀਰੀਅੰਸ ਲਿਖਣਾ ਹੈ ਉੱਥੇ ਜਿਹੜੇ ਬਜ਼ੁਰਗ ਰਹਿੰਦੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਉਹਨਾਂ ਦੀ ਕੋਈ ਤੁਸੀਂ ਹੈਲਪ ਵੀ ਕਰ ਸਕਦੇ ਹੋ ਮਿਲਣ ਤੋਂ ਬਾਅਦ ਜੋ ਵੀ ਤੁਹਾਡਾ ਆਪਣੇ ਅਕੋਰਡਿੰਗ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਜਿਵੇਂ ਕਿ ਲੋੜਵੰਦ ਨੂੰ ਅਸੀਂ ਕੋਈ ਚੀਜ਼ ਦਾਨ ਕਰਦੇ ਹਾਂ ਉਸ ਤਰੀਕੇ ਨਾਲ ਤੁਸੀਂ ਇਹ ਜਿਹੜਾ 올ਡੇਜ ਹੋਮ ਹੈ ਉੱਥੇ ਪਹਿਲਾਂ ਜਾ ਕੇ ਵੀ ਪਤਾ ਕਰ ਸਕਦੇ ਹੋ ਕਿ ਮੈਂ ਇਹਨਾਂ ਲੋਕਾਂ ਨੂੰ ਕਿਹੜੀ ਚੀਜ਼ ਡੋਨੇਟ ਕਰ ਸਕਦਾ ਕਿਹੜੀ ਚੀਜ਼ ਦੀ ਇਹਨਾਂ ਨੂੰ ਰਿਕੁਆਇਰਮੈਂਟ ਹੈ ਤੇ ਨਾਲ ਨਾਲ ਤੁਸੀਂ ਇੱਥੇ ਦੇਖ ਰਹੇ ਹੋ ਕਿ ਜਿਹੜੀ ਫੋਟੋ ਹੈ ਉਹ ਵੀ ਲੱਗੀ ਹੋਈ ਹੈ ਬਜ਼ੁਰਗਾਂ ਦੇ ਨਾਲ ਵੀ ਜੇਕਰ ਉਹ ਵਿਲਿੰਗ ਹੈਗੇ ਨੇ ਫੋਟੋ ਕਰਾਉਣ ਦੇ ਲਈ ਤਾਂ ਤੁਸੀਂ ਕਰਵਾ ਸਕਦੇ ਹੋ ਨੈਕਸਟ ਐਕਟੀਵਿਟੀ ਹੈ ਜਿਹੜੇ ਮੋਬਾਈਲ ਫੋਨ ਲੋਕ ਕਈ ਵਾਰ ਡਰਾਈਵਿੰਗ ਦੇ ਦੌਰਾਨ ਯੂਜ਼ ਕਰਦੇ ਨੇ ਤੁਸੀਂ ਉਹਨਾਂ ਨੂੰ ਅਵੇਅਰ ਕਰ ਸਕਦੇ ਹੋ ਕਿ ਤੁਹਾਡੇ ਲਈ ਕਿੰਨੇ ਹਾਰਮਫੁਲ ਚੀਜ਼ਾਂ ਨੇ ਇਹ ਨਾਲ ਕੋਈ ਮਿਸ ਹੈਪਨਿੰਗ ਹੋ ਸਕਦੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਲੋਕਾਂ ਨੂੰ ਅਵੇਅਰ ਕਰਨਾ ਹੈ ਤੁਸੀਂ ਸਾਰੇ ਜਿਹੜੇ ਪੁਆਇੰਟਸ ਨੇ ਉਹ ਅਗਲੇ ਨਾਲ ਡਿਸਕਸ ਕਰਨੇ ਹਨ ਦੱਸਣਾ ਹੈ ਕਿ ਜੇਕਰ ਤੁਹਾਨੂੰ ਕੋਈ ਕਾਲ ਆ ਰਹੀ ਹੈ ਅਰਜੈਂਟ ਹੈ ਤਾਂ ਤੁਸੀਂ ਆਪਣਾ ਜਿਹੜਾ ਬਾਈਕ ਹੈ ਕਾਰ ਹੈ ਉਹਨੂੰ ਰੋਕ ਕੇ ਆਪਣਾ ਗੱਲਬਾਤ ਕਰ ਸਕਦੇ ਹੋ ਤੇ ਇੱਧਰ ਤੁਸੀਂ ਮੈਂ ਤੁਹਾਨੂੰ ਫੋਟੋ ਵੀ ਦਿਖਾ ਰਹੀ ਹਾਂ ਫੋਟੋ ਵੀ ਲੱਗੀ ਹੋਈ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਆਪਣੀ ਜਿਹੜੀ ਫੋਟੋ ਆ ਕਲਿੱਕ ਕਰਕੇ ਲਗਾਉਣੀ ਹੈ ਨੈਕਸਟ ਐਕਟੀਵਿਟੀ ਹੈ ਸੇ ਵਾਟਰ ਸੇਵ ਲਾਈਫ ਇੱਥੇ ਤੁਸੀਂ ਬੱਚਿਆਂ ਨੂੰ ਵੀ ਅਵੇਅਰ ਕਰ ਸਕਦੇ ਹੋ ਲੋਕਾਂ ਨੂੰ ਵੀ ਅਵੇਅਰ ਕਰ ਸਕਦੇ ਹੋ ਤੇ ਇਥੇ ਤੁਸੀਂ ਪਾਣੀ ਦੀ ਜਿਹੜੀ ਇੰਪੋਰਟੈਂਸ ਆ ਉਹ ਦੱਸਣੀ ਹੈ ਕਿ ਪਾਣੀ ਸਾਡੀ ਲਾਈਫ ਦੇ ਵਿੱਚ ਕਿੰਨਾ ਮਹੱਤਵਪੂਰਨ ਹੈ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਯੂਜ਼ ਕਰਨਾ ਹੈ ਪਾਣੀ ਦੀ ਜਿਹੜੀ ਘੱਟ ਤੋਂ ਘੱਟ ਵਰਤੋਂ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਹੀ ਕਿੰਨੀ ਬਣਾ ਸਕਦੇ ਹੋ ਕਿਹੜੀ ਚੀਜ਼ਾਂ ਦੇ ਉੱਪਰ ਜਿੱਥੇ ਅਸੀਂ ਜ਼ਿਆਦਾ ਪਾਣੀ ਯੂਜ਼ ਕਰਦੇ ਹਾਂ ਉਹਨੂੰ ਅਸੀਂ ਕਿਵੇਂ ਘਟਾ ਸਕਦੇ ਹਾਂ ਤੇ ਨਾਲ ਨਾਲ ਇੱਧਰ ਤੁਸੀਂ ਦੇਖੋ ਫੋਟੋ ਵੀ ਲੱਗੀ ਏ ਇੱਕ ਪੋਸਟਰ ਵੀ ਨਾਲ ਨਾਲ ਬਣਾ ਕੇ ਇਥੇ ਲਗਾਇਆ ਗਿਆ ਹੈ సేవ్ వాటర్ సేవ్ లైఫ్ ਦਿਨ ਆ ਰਿਲੇਟਡ ਹੈ ਨੈਕਸਟ ਹੈ ਡਾਂਸ ਐਕਟੀਵਿਟੀ ਇਹ ਵੀ ਜਿਹੜੇ ਸਕੂਲ ਵਿੱਚ ਤੁਹਾਡੀ ਟੀਚਿੰਗ ਪ੍ਰੈਕਟਿਸ ਚੱਲ ਰਹੀ ਹੈ ਤੁਸੀਂ ਉੱਥੇ ਜਿਹੜੀ ਵੀ ਐਕਟੀਵਿਟੀ ਕਰਵਾਓਗੇ ਤੁਸੀਂ ਉਹਦੀ ਜਿਹੜੀ ਡਿਟੇਲ ਆਹੋ ਨੋਟ ਕਰਨੀ ਹੈ ਜ਼ਰੂਰੀ ਨਹੀਂ ਕਿ ਡਾਂਸ ਐਕਟੀਵਿਟੀ ਹੀ ਕਰਨੀ ਹੈ ਕੋਈ ਕੋਈ ਜਿ ਕੰਪੀਟੀਸ਼ਨ ਵੀ ਰੱਖਿਆ ਜਾ ਸਕਦਾ ਹੈ ਪੋਇਮ ਰੈਸੀਟੇਸ਼ਨ ਵਾਲਾ ਰੱਖ ਸਕਦੇ ਹੋ ਕੋਈ ਪੋਸਟਰ ਪੇਂਟਿੰਗ ਦਾ ਜਿਹੜਾ ਕੰਪੀਟੀਸ਼ਨ ਹੋ ਸਕਦਾ ਰਾਈਟਿੰਗ ਨਾਲ ਰਿਲੇਟਡ ਹੋ ਸਕਦਾ ਤੁਹਾਡਾ ਕੋਈ ਐਸੇ ਰਾਈਟਿੰਗ ਵੀ ਰੱਖ ਸਕਦੇ ਹੋ ਜਾਂ ਵੈਸੇ ਸਿੰਪਲ ਰਾਈਟਿੰਗ ਦੇ ਵੀ ਹੋ ਸਕਦਾ ਹੈ ਇਥੇ ਡਾਂਸ ਕਰਦੇ ਬੱਚਿਆਂ ਦੀ ਜਿਹੜੀ ਫੋਟੋਗ੍ਰਾਫ ਹੈ ਉਹ ਲਗਾइए ਮੀਨ ਜਿਹੜੇ ਬੱਚੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਸੀ ਨਾਲ ਨਾਲ ਤੁਸੀਂ ਡਿਟੇਲ ਵੀ ਨੋਟ ਕਰਨੀ ਹੈ ਕਿ ਕਿਹੜੀ ਕਲਾਸ ਦੇ ਬੱਚਿਆਂ ਦਾ ਤੁਸੀਂ ਇਹ ਜਿਹੜਾ ਐਕਟੀਵਿਟੀ ਹੈ ਉਹ ਆਰਗੇਨਾਈਜ਼ ਕਰਵਾਈ ਤੇ ਕਿਹੜੇ ਬੱਚਿਆਂ ਨੇ ਪੋਜੀਸ਼ਨ ਲਈ ਉਹ ਸਾਰਾ ਤੇ ਉਹਨਾਂ ਨੂੰ ਤੁਸੀਂ ਕੀ ਡਿਸਟ੍ਰੀਬਿਊਟ ਕੀਤਾ ਸਾਰੀ ਤੁਸੀਂ ਡਿਟੇਲ ਆਪਣੀ ਨੋਟ ਕਰਨੀ ਹੈ ਨੈਕਸਟ ਹੈ ਮੈਥ ਐਕਟੀਵਿਟੀ ਮੈਥ ਨਾਲ ਰਿਲੇਟਡ ਕੋਈ ਜਿਹੜੀਆਂ ਸ਼ੇਪਸ ਵਗੈਰਾ ਤੁਸੀਂ ਦੇਖਣਾ ਕਿ ਕਿਹੜੀ ਕਲਾਸ ਦੇ ਬੱਚਿਆਂ ਲਈ ਜਿਹੜੀ ਮੈਥ ਦੀ ਐਕਟੀਵਿਟੀ ਕੋਈ ਸਾਇੰਸ ਦੀ ਐਕਟੀਵਿਟੀ ਜਾਂ ਕਿਸੇ ਹੋਰ ਸਬਜੈਕਟ ਦੀ ਕਰਵਾ ਰਹੇ ਹੋ ਤਾਂ ਇਹਦੇ ਕੋਈ ਜੀ ਵੀ ਹੋ ਸਕਦਾ ਤੇ ਤੁਸੀਂ ਨਾਲ-ਨਾਲ ਜਿਹੜੀ ਸਾਰੀ ਡਿਟੇਲ ਉਹ ਵੀ ਨੋਟ ਕਰਨੀ ਹੈ ਤੇ ਜਿਹੜੀ ਐਕਟੀਵਿਟੀ ਤੁਸੀਂ ਕਿਉਂ ਕਰਵਾ ਰਹੇ ਹੋ ਤੁਸੀਂ ਉਹ ਵੀ ਲਿਖਣਾ ਹੈ ਤੇ ਕਿਹੜੇ ਬੱਚਿਆਂ ਨੇ ਪਾਰਟਿਸਪੀਟ ਕੀਤਾ ਕਿਹੜੀ ਕਲਾਸ ਦੇ ਬੱਚੇ ਤੁਸੀਂ ਲੈ ਸੀ ਉਹ ਸਾਰੀ ਜਿਹੜੀ ਡਿਟੇਲ ਆ ਉਹ ਜ਼ਰੂਰ ਤੁਸੀਂ ਲਿਖਣੀ ਹੈ ਨੈਕਸਟ ਹੈ ਜੀਕੇ ਕੁਇਜ਼ ਕੰਪੀਟੀਸ਼ਨ ਪਹਿਲਾਂ ਲਿਖਣਾ ਤੁਸੀਂ ਵੀ ਇਹ ਐਕਟੀਵਿਟੀ ਕੀ ਹੈ ਤੁਸੀਂ ਕਿਹੜੇ ਸਬਜੈਕਟ ਨਾਲ ਰਿਲੇਟਡ ਜਾਂ ਤੁਸੀਂ ਕਰੰਟ ਇਸ਼ੂਜ਼ ਲੈ ਸੀ ਸਾਰਾ ਤੁਸੀਂ ਇੱਥੇ ਨੋਟ ਡਾਉਨ ਕਰੋਗੇ ਕਿਹੜੀ ਕਲਾਸ ਦੇ ਬੱਚੇ ਸੀ ਕਿੰਨੇ ਤੁਸੀਂ ਗਰੁੱਪਸ ਦੇ ਵਿੱਚ ਡਿਵਾਈਡ ਕਰਕੇ ਜਿਹੜਾ ਹੈ ਕੁਇਜ਼ ਜੋ ਕਰਵਾਇਆ ਤੇ ਜਿਹੜੇ ਤੁਸੀਂ ਕੋਈ ਜਿੰਨੂੰ ਕੋਈ ਨਾਂ ਦਿੱਤਾ ABC D ਉਹਦੇ ਵਿੱਚੋਂ ਕਿਹੜੇ ਗਰੁੱਪ ਨੇ ਜਿਹੜੀ ਪੋਜੀਸ਼ਨ ਉਹ ਲਈ ਤੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਫਿਰ ਤੁਸੀਂ ਨੇ ਅੱਗੋਂ ਕੋਈ ਪ੍ਰਾਈਜ਼ ਵਗੈਰਾ ਦੇ ਕੇ ਮੋਟੀਵੇਟ ਕੀਤਾ ਤਾਂ ਤੁਸੀਂ ਇੱਥੇ ਦੇਖ ਰਹੇ ਹੋ ਵੀ ਜਿਹੜੇ ਕੁਝ ਕੰਪੀਟੀਸ਼ਨ ਦੀਆਂ ਜਿਹੜੀਆਂ ਕੁਝ ਫੋਟੋਗ੍ਰਾਫਸ ਨੇ ਉਹ ਲੱਗੀਆਂ ਹੋਈਆਂ ਨੇ ਨੈਕਸਟ ਐਕਟੀਵਿਟੀ ਹੈ ਅਵੇਅਰਨੈਸ ਅਬਾਊਟ ਸੋਸ਼ਲ ਡਿਸਟੈਂਸਿੰਗ ਤੇ ਸੋਸ਼ਲ ਡਿਸਟੈਂਸਿੰਗ ਦੇ ਕੀ ਕੀ ਬੈਨੀਫਿਟਸ ਨੇ ਕਿਉਂ ਜ਼ਰੂਰੀ ਹੈ ਉਹਦੇ ਤੇ ਇਹ ਜਿਹੜੀ ਐਕਟੀਵਿਟੀ ਉਹ ਬਣਾਈ ਗਈ ਹੈ ਐਕਟੀਵਿਟੀਆਂ ਬਹੁਤ ਜ਼ਿਆਦਾ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਮੈਂ ਇੱਕ ਵੀਡੀਓ ਇਸ ਤਰ੍ਹਾਂ ਦੀ ਬਣਾਈ ਵੇਜੀ ਦੇ ਵਿੱਚ ਮੈਂ ਇਹ ਲਿਖਿਆ ਕਿ ਤੁਸੀਂ ਕਿਹੜੇ ਕਿਹੜੇ ਟੌਪਿਕ ਲੈ ਸਕਦੇ ਹੋ ਮੈਂ ਉਹਨਾਂ ਕਮਿਊਨਿਟੀ ਦੇ ਵਿੱਚ ਪਾ ਦਿਆਂਗੀ ਤੇ ਤੁਸੀਂ ਸਾਰੇ ਬੱਚੇ ਉੱਥੋਂ ਜਿਹੜੀ ਹੈਲਪ ਹੈ ਲੈ ਸਕਦੇ ਹੋ ਤੇ ਇੱਥੇ ਤੁਸੀਂ ਆ ਦੇਖ ਰਹੇ ਹੋ ਇਹ ਡਿਊਰਿੰਗ ਕਰੋਨਾ ਦੀ ਫਾਈਲ ਹੈ ਇਸ ਕਰਕੇ ਤੁਸੀਂ ਜਿਹੜੀਆਂ ਐਕਟੀਵਿਟੀਆਂ ਨੇ ਆਪਣੇ ਅਕੋਰਡਿੰਗ ਲੈਣੀਆਂ ਹੈ। ਡੀਅ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਤੁਹਾਡੇ ਸਾਰੇ ਲਈ ਹੈਲਪਫੁਲ ਹੋਏਗੀ। ਥੈਂਕ ਯੂ।